ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਨੀਤ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਸਰ, ਕੀ ਕੁਝ ਰਹੇਗਾ ਖਾਸ ਇਸ ਪ੍ਰੋਗਰਾਮ ਦੇ ਵਿੱਚ? ਇਹ ਦੇਖੋ ਜੀ, ਇਸ ਰੀਜਨ ਦਾ ਇਸ ਤਰ੍ਹਾਂ ਦਾ ਇਹ ਪਹਿਲਾ ਫੈਸਟੀਵਲ ਹੈ, ਤੋ ਮਹਿਸੂਸ ਇਹ ਕੀਤਾ ਗਿਆ ਸੀ ਕਿ ਅੱਜ ਕੱਲ੍ਹ ਦੀ ਜੋ ਪੀੜ੍ਹੀ ਹੈ ਉਹ ਆਪਣੇ ਵਿਰਸੇ ਤੋਂ ਥੋੜ੍ਹਾ ਦੂਰ ਹੁੰਦੀ ਜਾ ਰਹੀ ਹੈ। ਬਹੁਤੇ ਲੋਕਾਂ ਨੂੰ ਨਹੀਂ ਪਤਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿ ਲੋਹੜੀ ਕਿਉਂ ਮਨਾਈ ਜਾਂਦੀ ਹੈ, ਮਾਘੀ ਕਿਉਂ ਮਨਾਈ ਜਾਂਦੀ ਹੈ, ਜਾਂ ਇਹਦਾ ਬਸੰਤ ਦਾ ਕੀ ਮਹੱਤਵ ਹੈ, ਹੋਲੀ ਦਾ ਕੀ ਮਹੱਤਵ ਹੈ। ਸੋ ਇਹ ਇੱਕ ਐਫਰਟ ਕੀਤਾ ਗਿਆ ਕਿ ਇੱਕ ਤਾਂ ਲੋਕਾਂ ਦੀ ਐਂਟਰਟੇਨਮੈਂਟ ਹੋਵੇ, ਉਹਨਾਂ 'ਚ ਹੈਲਦੀ ਕੰਪੀਟੀਸ਼ਨ ਦੀ ਸਪਿਰਿਟ ਆਵੇ, ਕੰਪੀਟ ਕਰਨ ਇੱਥੇ ਆ ਕੇ ਪਤੰਗਬਾਜ਼ੀ ਦੇ ਮੁਕਾਬਲੇ ਕਰਨ, ਔਰ ਦੂਸਰਾ ਉਹ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ। ਤੋ ਇਹਦੇ ਵਿੱਚ ਅਸੀਂ ਮੇਨ ਤੌਰ 'ਤੇ ਬੱਚਿਆਂ ਦਾ ਜੋ ਹੈ ਪਾਰਟੀਸਪੇਸ਼ਨ ਰੱਖਿਆ, ਤਾਂ ਕਿ ਉਹ ਇਨਕਰੇਜ ਹੋਣ, ਉਹਨਾਂ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਜਿਹੜੀ ਹੈ ਉਹ ਸਪਿਰਿਟ ਪੈਦਾ ਹੋਵੇ। ਔਰ ਤਕਰੀਬਨ 1,000-1,500 ਬੱਚਾ ਅੱਜ ਹੀ ਇਹਨਾਂ ਮੁਕਾਬਲਿਆਂ 'ਚ ਹਿੱਸਾ ਲੈ ਰਿਹਾ। ਅਸਲੀ ਫੈਸਟੀਵਲ ਕੱਲ੍ਹ ਹੋਏਗਾ, ਕੁਝ ਪਤੰਗ ਮੁਕਾਬਲੇ ਹੋਣਗੇ, ਔਰ ਸਾਊਥ ਇੰਡੀਆ ਤੋਂ ਆ ਕੇ ਬੜੀਆਂ ਯੂਨੀਕ ਕਾਈਟਸ ਇੱਥੇ ਉਡਾਈਆਂ ਜਾਣਗੀਆਂ, ਔਰ ਸ਼ਾਮ ਨੂੰ ਫਿਰ ਅੰਮ੍ਰਿਤ ਮਾਨ ਜਿਹੜਾ ਸਿੰਗਰ ਹੈ ਪੰਜਾਬ ਦਾ ਮਸ਼ਹੂਰ ਸਿੰਗਰ, ਉਹ ਇੱਥੇ ਆਪਣੀ ਪਰਫਾਰਮੈਂਸ ਦੇਗਾ, ਔਰ ਦਿੱਲੀ ਤੋਂ ਇੱਕ ਸਪੈਸ਼ਲੀ ਅਸੀਂ ਬੈਂਡ ਮੰਗਾਇਆ, 2 ਘੰਟੇ ਉਹਦੀ ਪਰਫਾਰਮੈਂਸ ਹੋਏਗੀ। ਕੋਈ ਸਰ ਨਗਦ ਇਨਾਮ ਵੀ ਰੱਖਿਆ ਗਿਆ ਜੇਤੂ ਕੈਂਡੀਡੇਟ ਨੂੰ? ਉਹ ਹਰ ਕੈਟੇਗਰੀ 'ਚ ਇਨਾਮ ਹੈਗੇ ਨੇ ਜੀ, ਪਤੰਗ ਦੇ ਮੁਕਾਬਲਿਆਂ ਦਾ ਹੈਗਾ, ਉੱਧਰ ਸਾਡਾ ਕੁਕਿੰਗ ਦਾ ਸੀ ਮਾਸਟਰ ਸ਼ੈਫ ਦਾ, ਉਹਦੇ ਵਿੱਚ ਮਾਈਕ੍ਰੋਵੇਵ ਵਗੈਰਾ, ਰਾਈਸ ਕੁੱਕਰ ਵਗੈਰਾ ਰੱਖੇ ਗਏ ਨੇ, ਚੰਗੇ ਅਟਰੈਕਟਿਵ ਪ੍ਰਾਈਜ਼ ਨੇ। ਤਾਂ ਇਹ ਸੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਨੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੋ ਨਵੀਂ ਪੀੜ੍ਹੀ ਹੈ ਉਹ ਕਿਤੇ ਨਾ ਕਿਤੇ ਤਿਉਹਾਰਾਂ ਦੇ ਰੰਗ ਭੁੱਲਦੀ ਜਾ ਰਹੀ ਹੈ, ਜਿਸ ਨੂੰ ਬਰਕਰਾਰ ਰੱਖਣ ਦੇ ਲਈ ਇਹ ਫੈਸਟੀਵਲ ਕਰਾਇਆ ਜਾ ਰਿਹਾ ਹੈ, ਅਤੇ ਵਿਸ਼ੇਸ਼ ਤੌਰ 'ਤੇ ਇੱਥੇ ਜੋ ਪੰਜਾਬੀ ਸਿੰਗਰ ਅੰਮ੍ਰਿਤ ਮਾਨ ਨੂੰ ਵੀ ਬੁਲਾਇਆ ਜਾ ਰਿਹਾ ਹੈ, ਅਤੇ ਜੋ ਜੇਤੂ ਕੈਂਡੀਡੇਟ ਹੋਣਗੇ ਇਸ ਫੈਸਟੀਵਲ ਦੇ ਉਹਨਾਂ ਦੇ ਲਈ ਨਗਦ ਪ੍ਰਾਈਜ਼ ਮਨੀ ਵੀ ਰੱਖੀ ਗਈ ਹੈ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ।